ਹੁਣ ਇੱਕ ਜ਼ਿਮੀਂਦਾਰ ਕੋਲੇ ਇੱਕ ਤਾਂ ਰੱਖੀ ਹੋਈ ਘੋੜੀ ਚੜ੍ਹਨ ਖਾਤਰ, ਇੱਕ ਰੱਖੀ ਹੋਈ ਬੋਤੀ। ਬੋਤੀ ਅੱਗੇ ਬੋਤਿਆਂ ਦਾ ਹਲ ਜੋੜਦੇ, ਨਹੀਂ ਤਾਂ ਬੋਤੀ ਹਲ ਖਿੱਚਦੀ ਅਤੇ ਨਾਲੇ ਭਾਈ ਉਹ ਬੋਤੀ ਦੁੱਧ ਦਿੰਦੀ, ਨਾਲੇ ਉੱਤੇ ਵਹਾ ਕੇ ਲੈ ਜਾਂਦੀ ਖੇਤ। ਉਹ ਤਿੰਨੇ ਕੰਮ ਕਰਦੀ। ਅੱਛਾ, ਖੱਚਰ ਕੀ ਕਰਦੀ? ਜੇ ਉਹਦਾ ਕੋਈ ਬਾਹਰ ਦਾਣਾ ਫੱਕਾ ਕੱਢਿਆ ਹੁੰਦਾ ਤਾਂ ਉਹ ਖੱਚਰ 'ਤੇ ਆਪਦਾ ਰੇੜੇ ਦੇ 'ਤੇ ਜੋੜ ਕੇ ਉਹ ਲਿਆਉਂਦਾ, ਜਾਂ ਸ਼ਹਿਰ ਚਲੇ ਜਾਣਾ ਇਹਨੇ ਦਾਣਾ ਫੱਕਾ, ਜਾਂ ਸ਼ਹਿਰੋਂ ਕੋਈ ਚੀਜ਼ ਲਿਆਉਣੀ ਆ ਤਾਂ ਖੱਚਰ ਦੇ ਉਹ ਟਿੱਚ ਕਰਕੇ ਨਾਲੇ ਛਾਂਟਾ ਮਾਰੀ ਜਾਇਆ ਕਰੇ। ਰੋਜ਼ ਉਹਦੇ 50-60 ਮੰਨ ਕੇ ਚੱਲ, 50 ਤੋਂ ਉੱਤੇ ਹੀ ਛਾਂਟੇ ਵੱਜ ਜਾਇਆ ਕਰਨ। ਘੋੜੀ ਜਮਾਂ ਵਿਹਲੀ, ਉਹ ਸਿੱਟ ਕੇ ਸੁੱਕੀ ਜਿਹੀ ਤੂੜੀ ਅਤੇ ਉੱਤੇ ਮਾਰਿਆ ਕਰਨ ਕਿਲੋ ਛੋਲੇ, ਘੋੜੀ ਮੌਜ ਨਾਲ ਛੋਲੇ ਖਾਇਆ ਕਰੇ। ਉਹ ਫਿਰ ਆਪ 'ਚ ਵਿਹੜੇ 'ਚ ਖੜ੍ਹੇ ਪਸ਼ੂ ਵੀ ਹੈ, ਆਪਾਂ ਇਹ ਕਹਿ ਦਿੰਦੇ ਵੀ ਪਸ਼ੂ ਹੀ ਹੈ ਤਾਂ ਗਿਆਨ ਤਾਂ ਹਰੇਕ ਚੀਜ਼ ਨੂੰ ਹੈ, ਉਹ ਦੇਖਿਆ ਕਰਨ ਵੀ ਇਹਨੂੰ ਤਾਂ ਛੋਲੇ ਪੈਂਦੇ ਨੇ। ਅਤੇ ਖੱਚਰ ਕਹਿੰਦੀ ਮੈਨੂੰ ਇਹ ਆਹ ਲਿਆਉਂਦਾ ਗਾ ਖੱਬਲ ਗੱਲਾ ਜਾ ਵੱਢ ਕੇ ਵੱਟਾਂ ਤੋਂ, ਮੈਨੂੰ ਖੱਬਲ ਪਾ ਦਿੰਦਾ, ਨਾ ਇਹ ਮੇਰੇ ਛਾਂਟੇ ਵਾਲੇ ਮਾਰਦਾ। ਬੋਤੀ ਕਹਿੰਦੀ ਨਾ ਇਹ ਤਾਂ ਮੇਰੇ 'ਤੇ ਚੜ੍ਹ ਕੇ ਜਾਂਦਾ, ਨਾਲੇ ਚੜ੍ਹ ਕੇ ਆਉਂਦਾ, ਨਾ ਇਹ ਖੇਤ ਦੇ ਵਿੱਚ ਜਾ ਕੇ ਮੈਂ ਹਲ ਖਿੱਚਦੀ ਹਾਂ, ਨਾ ਇਹ ਤੜਕੇ ਦੁੱਧ ਚੋ ਲੈਂਦਾ, ਨਾ ਇਹ ਹੱਥ ਨਾਲ ਦੁੱਧ ਚੋ ਲੈਂਦਾ, ਨਾ ਇਹ ਮੇਰਾ ਦੁੱਧ ਪੀਂਦਾ, ਮੈਨੂੰ ਕੀ ਕਰਦਾ। ਫਿਰ ਕਹਿੰਦੀ ਜਾਂ ਆਹ ਛੋਲਿਆਂ ਦਾ ਨੀਰਾ ਜਾ, ਜਾਂ ਗਮਾਰੇ ਦਾ ਨੀਰਾ ਜਾ, ਇਹ ਨੀਰਾ ਜਾ ਪਾ ਕੇ ਵੀ ਭੈਣੇ ਮੇਰੀ ਵੀ ਜਾਨ ਦੁਖੀ ਹੈਗੀ, ਵੀ ਇਹ ਜਮਾਂ ਵਿਹਲੀ ਹੈ ਘੋੜੀ, ਨਹੀਂ ਖਾਂਦੀ ਛੋਲੇ। ਆਪ 'ਚ ਉਹ ਗੱਲਾਂ ਕਰੀਆਂ ਜਾਂਦੀਆਂ ਨੇ ਚੱਲ ਭਾਈ ਐਸਾ ਜ਼ਮਾਨਾ ਆਇਆ ਤਾਂ ਮਾੜਾ ਮੋਟਾ ਕੋਈ ਮਹਾਰਾਜ ਨੇ ਸੁਣੀ, ਉਹ ਕਿਤੇ ਜ਼ਿਮੀਂਦਾਰ ਨਾਲ ਆਪਦੀ ਭਾਖਾ ਦੇ ਵਿੱਚ ਕਹਿਣ ਲੱਗੀਆਂ ਵੀ ਜ਼ਿਮੀਂਦਾਰਾ ਤੂੰ ਸਾਡੀ ਗੱਲਬਾਤ ਕਿਤੇ ਸੁਣੇਗਾ ਦੁੱਖ? ਉਹ ਕਹਿੰਦਾ ਸੋਨੂੰ ਕੀ ਦੁੱਖ ਹੈ। ਬੋਤੀ ਕਹਿੰਦੀ ਪਹਿਲਾਂ ਤੜਕੇ ਮੇਰਾ ਤੂੰ ਦੁੱਧ ਚੋਣਾ, ਦੁੱਧ ਚੋ ਕੇ ਚਾਹ 'ਚ ਪਾ ਲਿਆ, ਚਾਹੋ ਤੱਤਾ ਕਰ ਲਿਆ, ਰਿੜਕਦੇ ਤਾਂ ਬੋਤੀ ਦਾ ਹੁੰਦੇ ਨਹੀਂ, ਵੀ ਮੌਜ ਨਾਲ ਸਾਰਾ ਟੱਬਰ ਪੀ ਲੈਂਦੇ ਹੋ। ਕਹਿੰਦਾ ਹਾਂ। ਕਹਿੰਦੀ ਫਿਰ ਮੇਰੇ 'ਤੇ ਚੜ੍ਹ ਕੇ ਖੇਤ ਵੀ ਜਾਂਦਾ? ਕਹਿੰਦਾ ਹੋਰ ਹੁਣ ਚੜ੍ਹ ਕੇ ਜਾਣਾ ਗਾ, ਤੇਰੇ ਤਾਂ ਹੋਰ ਕੀ ਕਰਨਾ। ਕਹਿੰਦੀ ਫਿਰ ਉੱਥੇ ਜਾ ਕੇ ਮੈਨੂੰ ਹਲ ਜੋੜ ਲੈਂਦਾ, ਹਲ ਜੋੜ ਕੇ ਉੱਤੇ ਫਿਰ ਦਾਬ ਦਿੰਦਾ ਹਲ ਦੇ, ਮੈਂ ਬੜਾ ਔਖਾ ਹੋ ਕੇ ਖਿੱਚਦੀ ਹਾਂ, ਫਿਰ ਤੈਨੂੰ ਉੱਤੇ ਵਹਾ ਕੇ ਲਿਆਉਂਦੀ ਹਾਂ। ਆ ਕੇ ਕਹਿੰਦੀ ਫਿਰ ਤੂੰ ਮੈਨੂੰ ਚੋਣਾ, ਆਥਣੇ ਫਿਰ ਤੁਹਾਨੂੰ ਸਾਰੇ ਟੱਬਰ ਨੂੰ ਦੁੱਧ ਪਿਆਉਣੀ ਆ, ਵੀ ਆਹ ਮੈਨੂੰ ਜਾਂ ਗੁਮਾਰੇ ਦਾ ਨੀਰਾ ਜਾਂ ਛੋਲਿਆਂ ਦਾ ਨੀਰਾ ਪਾ ਕੇ ਟੋਕਰੀ ਪਰੇ ਹੋ ਜਾਂਦੇ ਹੋ, ਅਤੇ ਮੈਂ ਬਸ ਇਹਦੇ ਨਾਲ ਢਿੱਡ ਭਰ ਕੇ ਠੰਡਾ ਪਾਣੀ ਪੀ ਕੇ ਟਾਈਮ ਲੰਘਾਉਂਦੀ ਹਾਂ। ਕਹਿੰਦਾ ਅੱਛਾ, ਇਹ ਕਹਿੰਦਾ ਔਖੀ ਹੈ। ਕਹਿੰਦੀ ਔਖੀ ਤਾਂ ਐਂ ਆ ਵੀ ਘੋੜੀ ਨੂੰ ਤੂੰ ਕਿਤੇ ਨਾ ਕਿਤੇ ਜਿੱਦਾਂ ਰਿਸ਼ਤੇਦਾਰੀ 'ਚ ਜਾਂਦਾ ਉੱਦਾਂ ਹੀ ਚੜ੍ਹਦਾ, ਉਹਨੂੰ ਪਾਉਣਾ ਛੋਲੇ ਕਿਲੋ ਰੋਜ਼, ਆਥਣੇ ਕਿਲੋ
ਤੜਕੇ ਆਥਣ ਤੜਕੇ ਛੋਲੇ ਪਾਉਣਾ ਅਤੇ ਨਾ ਇਹ ਖਰਖਰੇ ਕਰਦਾ ਘੋੜੀ ਦੇ। ਮੇਰੇ ਕਿਹੜੇ ਨੇ ਖਰਖਰਾ ਕਰਿਆ, ਕਿਹੜੇ ਨੇ ਕੋਈ ਉਹ ਹੈ? ਮੇਰੇ ਤਾਂ ਜੇ ਅਜੇ ਡੰਡੇ ਤਾਂ ਭਾਵਾਂ ਮਾਰ ਲਓ, ਵੀ ਹੋਰ ਤਾਂ ਕੁਛ ਨਹੀਂ। ਉਹ ਭਾਈ ਫਿਰ ਇਤਨੇ ਖੱਚਰ ਬੋਲ ਪਈ, ਕਹਿੰਦੀ ਜ਼ਿਮੀਂਦਾਰਾ ਮੇਰਾ ਵੀ ਦੁੱਖ ਸੁਣ ਲਿਆ, ਇਹਦਾ ਤਾਂ ਸੁਣ ਲਿਆ। ਉਹ ਕਹਿੰਦਾ ਤੈਨੂੰ ਕੀ ਹੈ? ਕਹਿੰਦੀ ਰੋਜ਼ ਘੱਟੋ ਘੱਟ ਊਂ ਤਾਂ ਵੱਧ 50-60 ਕਿੱਲਾ ਤਾਂ ਮੇਰੇ ਐਂ ਛੱਟੀਆਂ ਜਾਂ ਮਾਰਦਾ, ਛਾਂਟਾ ਬੰਨਿਆ ਹੋਇਆ ਕਹਿੰਦੀ ਚਮੜੇ ਦਾ, ਮੇਰੇ ਐਂ ਵੱਜਦਾ ਜਾ ਕੇ ਸਰੀਰ 'ਤੇ ਪਿੰਡੇ 'ਤੇ ਵਿੱਚੋਂ ਲਹੂ ਕੱਢਣ ਵਾਲਾ ਕਰ ਦਿੰਦਾ। ਕਹਿੰਦੀ ਮੈਂ ਕੀ ਤੇਰਾ ਕਰ ਲਿਆ ਮਾੜਾ ਲਿਆ ਕੇ? ਕਹਿੰਦੀ ਫਿਰ ਤੂੰ ਆ ਖੱਬਲ ਜਾਂ ਖੋਰ ਜਾ ਮੇਰੇ ਮੂਹਰੇ ਪਾ ਦਿੰਦਾ, ਕਿਤੇ ਮੈਨੂੰ ਵੀ ਦਾਣੇ ਦਾ ਭੋਰਾ ਦਿਖਾਇਆ, ਅਤੇ ਨਾਲੇ ਮੈਂ ਤੇਰੇ ਕਹਿੰਦੀ ਦਾਣੇ ਸ਼ਹਿਰ 'ਚ ਵੀ ਸੁੱਟ ਕੇ ਆਉਣੇ ਆ। ਸ਼ਹਿਰੋਂ ਕੋਈ ਸੌਦਾ ਸੂਤ ਲਿਆਉਣਾ, ਕੋਈ ਰੇਹ ਰੱਪਾ ਜਿਵੇਂ ਜਾਂ ਕੋਈ ਹੋਰ ਚੀਜ਼ਾਂ, ਉਹ ਕਹਿੰਦੀ ਤੂੰ ਮੇਰੇ 'ਤੇ ਲੱਦ ਕੇ ਲਿਆਉਣਾ ਰੇੜੇ 'ਤੇ, ਨਾ ਬਹਿ ਕੇ ਜਾਂਦੇ ਹੋ ਬਹਿ ਕੇ ਆਉਂਦੇ ਹੋ। ਇਹਨੂੰ ਕਹਿੰਦੀ ਮੌਜ ਨਾਲ ਛੋਲੇ ਪਾਉਣੇ ਆਥਣ ਤੜਕੇ ਜਾਂਦੇ ਹੋ, ਕਿਤੇ ਨਾ ਕਿਤੇ ਰਿਸ਼ਤੇਦਾਰੀ 'ਚ ਉੱਦਾਂ ਘੋੜੀ ਤੋਂ ਕੰਮ ਲੈਂਦੇ ਹੋ। ਉਹ ਕਹਿੰਦਾ ਗੱਲ ਤਾਂ ਤੁਹਾਡੀ ਠੀਕ ਹੈ, ਪਰ ਕਹਿੰਦਾ ਸਰਦਾ ਨਹੀਂ, ਕੀ ਕਰੀਏ? ਉੱਧਰੋਂ ਸਾਰਾ ਪਰਿਵਾਰ ਕਹਿੰਦਾ ਵੀ ਘੋੜੀ ਬਿਨਾਂ ਆਪਣੀ ਇੱਜ਼ਤ ਨਹੀਂ, ਹੈਂ ਜੋੜੀ ਘੋੜੀ ਬਿਨਾਂ। ਅਤੇ ਹੁਣ ਕਹਿੰਦਾ ਤੈਨੂੰ ਉਹ ਭਾਈ ਫਿਰ ਜਿਹੜੇ ਉਹ ਗਿਆਨ ਦੀਆਂ ਗੱਲਾਂ ਜਾਂ ਦੇਵੇ ਵੀ ਇਹ ਜਿਹੜਾ ਕਾਰੋਬਾਰ ਹੈ ਇਹ ਕਿਤੇ ਗਾਹਾਂ ਦੂਏ ਜਨਮ 'ਚ ਦੇਣਾ ਲੈਣਾ ਵੀ ਪੈ ਜੂਗਾ, ਹੈਂ ਵੀ ਅਜਿਹੀਆਂ ਜਿਹੀਆਂ ਗੱਲਾਂ ਨੇ ਭਾਈ, ਵੀ ਜੇ ਚੰਗਾ ਕੰਮ ਕਰੂ ਤਾਂ ਗਾਹਾਂ ਚੰਗਾ ਹੈ, ਜੇ ਮਾੜਾ ਕਰੂ ਤਾਂ ਮਾੜਾ, ਇਹ ਰਿਜ਼ਲਟ ਹੈ। ਜਿਵੇਂ ਆਪਣੇ ਪੜ੍ਹਾਈ ਦਾ ਹੁੰਦਾ, ਜੇ ਚੰਗੇ ਆਪਾਂ ਨੇ ਪੇਪਰ ਕਰਕੇ ਆਇਆਂਗੇ ਤਾਂ ਉਹਦਾ ਚੰਗਾ ਰਿਜ਼ਲਟ ਆ ਜੂ, ਜੇ ਮਾੜਾ ਕਰਕੇ ਆਇਆ ਤਾਂ ਮਾੜਾ ਰਿਜ਼ਲਟ ਆ ਜਾਂਦਾ। ਹੈ ਠੀਕ ਹੈ, ਬਹੁਤ ਹੈ ਹੁਣ ਓਏ ਹੋਰ ਫੇਰ ਭਰ ਲੈ ਕੇ ਕਿਤੇ।